Thank you. ਕਿਉਂਕਿ ਅੱਜ ਜੋ ਹੜ੍ਹ ਦਾ ਤੁਸੀਂ ਜਾਇਜ਼ਾ ਲੈਣ ਕੇ ਆਏ ਹੋ ਤੇ ਜੋ ਪਿੰਡਾਂ ਦਾ ਦੌਰਾ ਕੀਤਾ ਕੀ ਦੇਖਿਆ? ਹਾਈ ਅਲਰਟ ਸਰਕਾਰ ਵੱਲੋਂ ਕੀਤਾ ਗਿਆ ਕਿਉਂਕਿ ਪਿੱਛੋਂ ਪਾਣੀ ਛੱਡਣਾ ਪਿਆ ਅਤੇ ਦੌਰਾ ਦੇ ਕਰਨ ਤੋਂ ਬਾਅਦ ਇਹ ਦੇਖਣ 'ਚ ਆਇਆ ਜਿੰਨੇ ਵਧੀਆ ਇੰਤਜ਼ਾਮ ਇੱਥੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕੀਤੇ ਹੈ ਇੱਥੇ ਕੋਈ ਖਤਰੇ ਵਾਲੀ ਇੰਨੀ ਗੱਲ ਜਾਪਦੀ ਨਹੀਂ। ਬਕਾਇਦਾ ਤੌਰ 'ਤੇ ਪੈਟਰੋਲਿੰਗ ਹੋ ਰਹੀ ਹੈ ਇਰੀਗੇਸ਼ਨ ਵਾਲਿਆਂ ਨੇ ਜਿੱਥੇ ਜਿੱਥੇ ਕਮਜ਼ੋਰੀ ਸੀਗੀ ਬੰਨਾਂ ਦੀ ਉਹ ਪਹਿਲਾਂ ਸਟਰੈਂਥਨ ਕਰ ਦਿੱਤੇ ਆ। ਬੈਕਅਪ ਇੰਤਜ਼ਾਮ ਵੀ ਕਰਿਆ ਹੋਇਆ ਕਿਤੇ ਕੋਈ ਮੌਕੇ 'ਤੇ ਪ੍ਰੋਬਲਮ ਪੈ ਆ ਜਾਵੇ ਬੋਰੀਆਂ ਬਾਰੀਆਂ ਸਭ ਤਿਆਰ ਹੈ ਅਤੇ ਹੋਰ ਮਹਿਕਮੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ DC SDM ਸਾਹਿਬ ਪੁਲਿਸ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬਾਨ ਸਾਰੇ ਦੇਖਾ ਹੈ ਕਿਤੇ ਕੋਈ ਇਹੋ ਜਿਹਾ ਜਾਪਦਾ ਨਹੀਂ ਹੈ। ਲੁਧਿਆਣਾ ਸਾਈਡ ਦੇ ਉੱਤੇ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਅਤੇ ਹੜ੍ਹ ਵਾਸਤੇ ਕੀ ਪੁਖਤਾ ਇੰਤਜ਼ਾਮ ਕੀਤੇ ਸਰਕਾਰ? ਸਾਰੇ ਜਿਹੜੇ ਕਿਨਾਰੇ ਹੈ ਜਿੱਥੇ ਜਿੱਥੇ ਬੰਨ ਹੈ ਉਹ ਮਜ਼ਬੂਤ ਕਰ ਦਿੱਤੇ ਗਏ ਹੋਏ ਆ। ਫਿਰ ਵੀ ਜੇ ਕੋਈ ਖਤਰਾ ਹੋਵੇ ਉਹਦੇ ਵਾਸਤੇ ਬੈਕਅਪ ਇੰਤਜ਼ਾਮ ਵੀ ਹੈ। ਜੇ ਕਿਤੇ ਦਰਿਆ ਦੇ ਵਿੱਚ ਰਹਿੰਦੇ ਬੰਦਿਆਂ ਵਾਸਤੇ ਲੰਗਰ ਲੁੰਗਰ ਸਾਰਾ ਕੁਛ ਚੱਲਦਾ ਪਿਆ ਅਤੇ ਉਹਨਾਂ ਦੀ ਸਿਕਿਉਰਿਟੀ ਦੇ ਵੀ ਪੂਰੇ ਇੰਤਜ਼ਾਮ ਹੈ, ਕੋਈ ਕਮੀ ਨਹੀਂ ਹੈ ਜੀ। ਪ੍ਰਦੀਪ ਸਿੰਘ ਜੀ, ਅੱਜ ਜੋ ਜਾਇਜ਼ਾ ਲੈਣਾ ਹੈ ਕੀ ਕਹੋਗੇ ਤੁਸੀਂ ਪਿੰਡ ਦਾ, ਤੁਹਾਡਾ ਕੀ ਹਾਲ ਹੈ? ਅਤੇ ਠੀਕ ਆ, ਆਸ਼ੀਸ਼ ਸਿੰਘ ਆਏ ਸੀ ਇੱਥੇ ਅਤੇ ਠੀਕ ਆ, ਦੌਰਾ ਕਰ ਗਏ ਸੀ। ਕਿ ਤੁਹਾਨੂੰ ਕੋਈ ਲੱਗਦਾ ਵੀ ਪਿੰਡ ਦੇ ਵਿੱਚ ਪਾਣੀ ਵੜਨ ਦਾ ਖਤਰਾ? ਖਤਰਾ ਵੀ ਹੈਗਾ ਤਾਂ ਵੀ ਤਕਰੀਬਨ ਨਿਗਰਾਨੀ ਰੱਖਣੀ ਪੈਣੀ ਇੱਥੇ। ਠੀਕ ਹੈ, ਹਾਂਜੀ। ਅਤੇ ਇਹ ਕੱਲ੍ਹ ਤੋਂ ਲੈ ਕੇ ਹੁਣ ਤੱਕ ਕਿੰਨਾ ਸਤਲੁਜ ਦਰਿਆ ਦਾ ਜਲਸਤਰ ਵਧਿਆ? ਅਜੇ ਚੜ੍ਹੀ ਜਾਂਦਾ, ਪਹਿਲਾਂ ਤਾਂ ਸਵੇਰੇ ਘੱਟ ਹੈਗਾ ਸੀ, ਹੁਣ ਤਾਂ ਬਹੁਤ ਹੋ ਗਿਆ, ਹੁਣ ਜ਼ਿਆਦਾ ਹੋ ਗਿਆ, ਹੁਣ ਜ਼ਿਆਦਾ ਹੋ ਗਿਆ। ਅਤੇ ਜੋ ਤੁਸੀਂ ਕੀ ਇੰਤਜ਼ਾਮ ਕੀਤੇ ਹੋਏ ਜੀ ਆਪਣੇ ਪਿੰਡ ਵਿੱਚ? ਪਿੰਡ 'ਚ ਅਸੀਂ ਇਹ ਕਿਹਾ ਸੀ ਵੀ ਪਾਣੀ ਵੀ ਜ਼ਿਆਦਾ ਆਉਣ ਦਾ ਖਤਰਾ ਹੈਗਾ, ਵੀ ਮਾੜਾ ਜਿਹਾ ਬੰਨਾਂ 'ਤੇ ਬਹਿ ਜਾਓ। ਅਤੇ ਤੁਸੀਂ ਕੋਈ ਇੰਤਜ਼ਾਮ ਕੀਤੇ ਨੇ ਪਿੰਡ ਵਾਸਤੇ ਕੋਈ? ਨਹੀਂ, ਆਪਾਂ ਅਜੇ ਨਹੀਂ ਕੀਤਾ, ਅਜੇ ਕੋਈ ਉੱਥੋਂ ਸਹੂਲਤ ਕੋਈ ਨਹੀਂ ਆ ਰਹੀ। ਜੇ ਪਾਣੀ ਆ ਗਿਆ ਫਿਰ ਕੀ ਕਰੂੰਗੇ? ਫਿਰ ਆਪਾਂ ਸਰਕਾਰ ਨੂੰ ਕਹਾਂਗੇ ਵੀ ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਕਮਲਪ੍ਰੀਤ ਗਰਚਾ ਦੇ ਨਾਲ ਫੋਕਸ .ਪੰਜਾਬੀ, ਯੂਰ ਸਿਟੀ ਯੂਰ ਨਿਊਜ਼।